स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड माछी के तहसील इनू निहाल सिंह वाला पैंदी है ते जिला मोगा है। मोगे तो बरनाला रोड के उत्ते पिंड आउंदा है ते जिहड़े घर चों आपां वीडियो बना रहे हैं वीडियो पहलां भी काफ़ी बनाई हैं क्योंकि इन्हां दा व्यापार दा कम रूटीन च पशु आउंदे है। अज की इस वीडियो च दोस्तों तुहानू तीन नाग दिखाउणे हैं, दो झोटियां छोटी उम्र दे विच ते इक मझ लास्ट उत्ते तुहानू दिखाऊंगा। तीन नाग आ विक्री वाले, थोनू जिहड़ा पशु चंगा लगे उही खरीदो जे, नंबर स्क्रीन ते चलूगा। रेट दोस्तों वीडियो च होणगे, जिहड़ा पशु तुहानू पसंद आऊ उहदा जचदा रेट तुसीं ला के देख सकते हो, फिर तुहाडे सौदे जिहड़े ओह वीर नाल हो जाणगे जिहड़ा पशु तुहानू पसंद आउंदा। आओ भाई नाल गल्लबात करदे हां ते पहलां इस गब्बन झोटी तों वीडियो दी शुरुआत करदे हां। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦੀ ਬਾਈ? ਨਾਮ ਬਲਵਿੰਦਰ ਸਿੰਘ ਹੈ ਜੀ। ਠੀਕ ਹੈ ਬਲਵਿੰਦਰ, ਅੱਜ ਤਿੰਨ ਨਾਗ ਹੈ ਪਹਿਲੇ ਨੰਬਰ ਤੇ ਜਿਹੜੀ ਗੱਬਨ ਝੋਟੀ ਕਹਿੰਦੇ ਮੈਂ ਇਹਨੇ ਵੀਰੇ ਦੂਜਾ ਸੂਆ ਸੋਹਣਾ ਦੰਦੋ ਛੇ ਦੰਦ ਛੇ ਦੰਦ ਦੂਜਾ ਸੂਆ ਸੂ ਹਾਂ ਵੀਰੇ ਕਿੰਨੇ ਦਿਨ ਲੈਂਦੀ ਹੈ? ਦਿਨ ਵੀਰੇ 5000 ਲੈ ਜੀ। ਰੇਟ ਇਹਦਾ ਕੀ ਰੱਖਿਆ? ਰੇਟ ਇਹਦਾ ਵੀਰੇ ਜਾਇਜ਼ ਜਾਇ 80000 ਖੋਲੀ ਨੂੰ। ਦੋਸਤੋ ਰੇਟ 80000 ਸੂਆ ਦੂਜਾ ਤੇ ਛੇ ਦੰਦ, ਬਹੁਤ ਸੋਹਣਾ ਥਣ ਤੇ ਹਵਾਨਾ ਵੀ ਚੰਗਾ ਦਿਖਾਊਗੀ ਜਦੋਂ ਤੁਰੂਗੀ ਉਦੋਂ ਤੁਸੀਂ ਦੇਖ ਲੈਣਾ। ये दूजा सूआ झोटी है, कुंडे सिंगा दी है, बिल्कुल हवाने का रुख बहुत सोहना दोस्तों थोनू तुरदी झोटी दिखा रही है। अजे दिन 5-4 लैंदी है सून च, सोहनी तैयार होके सूगी। सो ये पहले नंबर ते थोनू झोटी दिखा रहे हैं, दूजा सूआ सून वाली, छे दंद मूँह दे विचों साइडां तो जे तुसी थान देखोगे तो साइडां तो भी बिथी बहुत सोहनी दिखाउंदी है। पिछों जे आपां हुण वीडियो बना रहे हैं तो इत्थों भी थोनू थान बिल्कुल कन्नियां ते लगे मिलणगे, चंगा हवाना है। रेट इहदा जिहड़ा बाई ने रख्या है वह 80000 है। थण हत्थी चवाई वास्ते बहुत सोहना, जे पसमाच जदों आऊगी झोटी उदों पूरा वधिया कढ जूगी, इस टाइम तैयारी जिहड़ी उह बहुत सोहनी है। सो ये पहले नंबर ते झोटी, दूजा सूआ छे दंद दा मूँह दे विचों बंधे बई। इहदों अगे जिहड़ी झोटी तुहानूं दिखाउणी है दोस्तों, ये पहला सूआ है, इहदे बारे भी आपां जानकारी बाई तों लैणे आ। ਬਲਵਿੰਦਰ ਜਿਹੜੀ ਦੋ ਨੰਬਰ ਤੇ ਝੋਟੀ ਬਾਈ, ਇਹ ਕਿੰਨਵਾਂ ਸੂਆ? ਇਹ ਪਹਿਲਾ ਸੂਆ ਵੀਰੇ, ਦੰਦੋ 4 ਦਿਨ ਦਾ। ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਸੂਈ ਨੂੰ 3 ਕਿ ਦਿਨ ਹੋ ਗਏ ਬਾਈ। ਬੋਲਾ ਅੰਦਾਜ਼ਾ ਜਾ? ਬੋਲਾ ਅੰਦਾਜ਼ਾ ਜਾ 8 ਕਿਲੋ ਹੋਊ। ਕੀ ਰੇਟ ਰੱਖਿਆ ਇਹਦਾ? ਰੇਟ ਇਹਦਾ 75000 ਹੈ ਜੀ। ਤੋਰੀ ਨੂੰ ਇਹਦਾ ਰੇਟ 75000 ਆ, ਬਿਲਕੁਲ ਕੁੰਡੇ ਸਿੰਘਾਂ ਦੀ ਹੈ, ਇਹਦੇ ਨਾਲ ਬੱਚਾ ਕੱਟੀ ਹੈ। ਸੋ ਪਲੂਨ ਝੋਟੀ ਆ ਇਹਦੇ ਵੀਡੀਓ ਦੇ ਲਾਸਟ 'ਚ ਦੋਸਤੋ ਇਸ ਝੋਟੀ ਦਾ ਪਸਮਾ ਵੀ ਤੁਹਾਨੂੰ ਦਿਖਾਵਾਂਗੇ। ਪਹਿਲਾ ਸੂਆ ਸੂਈ ਹੈ, ਠੰਡੀ ਸੀਲੇ ਫੁੱਲ ਆ, ਦਰਮਿਆਨੇ ਕੱਦ ਕਾਠ 'ਚ, ਬਿਲਕੁਲ ਕੁੰਡੇ ਸਿੰਘਾਂ ਦੀ ਹੈ। ਦੂਜੇ ਸੂਏ 'ਚ ਇਹ ਜਿਹੜੀਆਂ ਪਹਿਲਣ ਝੋਟੀਆਂ ਹੁੰਦੀਆਂ ਦੋਸਤੋ, ਇਹ ਸਰੀਰ ਇਹਨਾਂ ਦਾ ਖੁੱਲ੍ਹਦਾ ਤਾਂ ਉਹਦੇ ਨਾਲ ਇਹ ਕੀਮਤ ਦਾ ਵਾਧਾ ਕਰਦੀਆਂ। ਸੋ ਦੋਸਤੋ ਇਹ ਝੋਟੀ ਅਤੇ ਜਿਹੜੀ ਪਹਿਲਾ ਸੂਆ, ਤੁਹਾਨੂੰ ਇਹਦਾ ਹਵਾਨਾ ਦਿਖਾਉਣਾ ਮੈਂ, ਕਿੱਦਾਂ ਦਾ ਇਸ ਟਾਈਮ ਦਿਖਾ ਰਹੀ ਹੈ, ਇਸ ਤਰ੍ਹਾਂ ਦਾ ਇਹਦਾ ਹਵਾਨਾ ਦੋਸਤੋ, ਚੰਗਾ ਸੋਹਣਾ ਹਵਾਨਾ ਦਿਖਾ ਰਹੀ ਹੈ। ਰੇਟ ਦੇ ਹਿਸਾਬ 'ਤੇ ਦੇਖਦੇ ਹਾਂ ਤਾਂ ਝੋਟੀ ਸੋਹਣੀ ਹੈ, ਸ਼ਕੀਨ ਵੀ ਹੈ, ਹਵਾਨਾ ਵੀ ਬਹੁਤ ਸੋਹਣਾ। ਹਜੇ ਦੋਸਤੋ ਪਹਿਲਣ ਪਸ਼ੂ ਦਾ ਇਹ ਗੱਲ ਹੈ ਵੀ ਇਹ ਮਹੀਨਾ ਲੈ ਜਾਂਦੇ ਆ ਪੂਰਾ ਦੁੱਧ 'ਤੇ ਆਉਂਦਿਆਂ ਨੂੰ। ਬਸਮਾ ਵੀ ਦਿਖਾ ਦਿਆਂਗੇ ਤੁਹਾਨੂੰ ਲਾਸਟ ਉੱਤੇ, ਠੰਡੀ ਸੀਲ ਝੋਟੀ ਹੈ। ਇਹਦੂ ਬਾਅਦ 'ਚ ਮੱਝ ਜਿਹੜੀ ਉਹ ਵੀ ਤੁਹਾਨੂੰ ਤੋਰ ਕੇ ਦਿਖਾਉਣੀ। ਬਲਵਿੰਦਰ ਲਾਸਟ 'ਤੇ ਜਿਹੜੀ ਮੱਝ ਹੈ ਕਿੰਨਵਾਂ ਸੂਆ ਬਾਈ? ਇਹ ਵੀਰੇ ਆਪਾਂ ਨੂੰ ਤਾਂ ਮਾਲਕਾਂ ਨੇ 5ਵਾਂ ਸੂਆ ਹੀ ਦੱਸਿਆ। ਠੀਕ ਹੈ, ਕਿੰਨੇ ਦਿਨ ਲਊ ਸੂਣ 'ਚ? ਸੂਣ 'ਚ ਵੀਰੇ 5-7 ਦਿਨ ਲੈ ਜੀ। ਰੇਟ ਇਹਦਾ ਕੀ ਰੱਖਿਆ? ਰੇਟ ਇਹਦਾ 65000 ਰੁਪਈਆ। ਤੋਰੀ ਨੂੰ ਦੋਸਤੋ 5ਵਾਂ ਸੂਆ ਵੀਰ ਕਹਿੰਦਾ ਵੀ ਮਾਲਕਾਂ ਨੇ ਇਹਦਾ ਦੱਸਿਆ ਇਹਨੇ ਸੂਣਾ ਹੈ। 65000 ਰੇਟ ਹੈ, 5 ਕੁ ਦਿਨ ਲਊਗੀ ਸੂਨ ਦੇ ਵਿੱਚ। ਸਿੰਘ ਇਹਦਾ ਖੁੱਲ੍ਹਾ ਉਹ ਤੁਹਾਡੇ ਸਾਹਮਣੇ ਹੀ ਹੈ, ਬਾਕੀ ਜਦੋਂ ਤੁਰੂਗੀ ਉਦੋਂ ਹਵਾਨਾ ਤੁਹਾਨੂੰ ਇਹਦਾ ਦਿਸ ਜਾਣਾ। ਇਹਦਾ ਰੇਟ ਦੋਸਤੋ 65000 ਹੈ, ਬਾਕੀ ਰੇਟ ਮਾਨ ਤਾਨ ਹੋਊਗਾ। ਹਜੇ 5 ਦਿਨ ਲੈਂਦੀ ਹੈ ਤਾਂ ਹਵਾਨਾ ਦੋਸਤੋ ਉਸ ਹਿਸਾਬ 'ਤੇ ਤੁਸੀਂ ਦੇਖ ਲਓ, ਕਿਉਂਕਿ ਜਦੋਂ ਨੇੜ ਆਉਂਦਾ ਪਸ਼ੂ ਮੱਝਾਂ 'ਚ ਖਾਸ ਕਰਕੇ, ਅਤੇ ਹਵਾਨੇ ਉਦੋਂ ਪਸ਼ੂ ਸੋਹਣੇ ਬਣਾਉਂਦਾ ਜਦੋਂ ਬਿਲਕੁਲ ਨੇੜ ਆ ਜਾਂਦਾ। ਸੋ ਇਸ ਮੱਝ ਦਾ ਰੇਟ 65000 ਹੈ, ਅਤੇ ਇਹ ਤੋਂ ਬਿਨਾਂ ਤੁਹਾਨੂੰ ਦੋ ਝੋਟੀਆਂ ਦਿਖਾਈਆਂ, ਜਿਹਦੇ 'ਚੋਂ ਪਹਿਲੇ ਨੰਬਰ ਵਾਲੀ ਜਿਹਦਾ ਰੇਟ 80, ਅਤੇ ਦੂਜੇ ਨੰਬਰ 'ਤੇ ਜਿਹੜੀ ਪਹਿਲਾ ਸੂਆ ਸੂਈ ਆ ਉਹਦਾ ਰੇਟ ਬਾਈ ਨੇ 75000 ਰੱਖਿਆ। ਅਤੇ ਵੀਡੀਓ ਦੇ ਵਿੱਚ ਉਸ ਝੋਟੀ ਦਾ ਪਸਮਾ ਵੀ ਤੁਹਾਨੂੰ ਦਿਖਾਉਣਾ, ਕਿਉਂਕਿ ਦੋ ਨਾਗ ਗੱਬਣ ਹੈ ਅਤੇ ਇੱਕ ਤਾਜ਼ੀ ਸੂਈ ਵੀ, ਤਾਜ਼ੀ ਸੂਈ ਦੇ ਥਣ ਕਿੱਦਾਂ ਦੇ ਹੁੰਦੇ ਆ ਪਸਮਾ ਤੋਂ ਬਾਅਦ 'ਚ ਉਹ ਤੁਹਾਨੂੰ ਦਿਖਾ ਦਿੰਦੇ ਹਾਂ। ਛੱਡ ਦੇ ਬੱਚਾ। ਸੋ ਦੱਸੋ ਝੋਟੀ ਦਾ ਪਸਮਾ ਵੀ ਤੁਹਾਨੂੰ ਦਿਖਾਊਂਗਾ, ਬੱਚਾ ਬਾਈ ਨੇ ਛੱਡਤਾ।
देखते हैं किदां दे थाने कढ़दी है पसमा दे विच। ठंडी सील फुल है, पहलन झोटी है, पसमा दोस्तों तुहानूं दिखा दिंदे हां झोटी दा किदां दा इहने कीता। बहुत सोहणे थण कढे पसमा तों बाद दे धार पई तार भी बिन्ने मार अगले थाना चो तार दोस्तों देख लो जी। ठीक है भाई, पिछले चो मार सही है। सो ये दोस्तों पहलन झोटी जी थोन दिखाई है, बहुत सोहना पसमा तारा ते एक झोटी इधर जी गबन है वह भी थोन दिखाई। धन्यवाद वीडियो देखने।